2017 ਵਿਧਾਨਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਦਾ ਸਿਆਸੀ ਮੈਦਾਨ ਭਖਣਾ ਸ਼ੁਰੂ ਹੋ ਗਿਆ। ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀਆਂ ਸਰਗਰਮੀਆਂ ਨੂੰ ਦੇਖਦੇ ਹੋਏ ਮੁਕਾਬਲਾ ਤਿਕੋਣਾ ਹੁੰਦਾ ਦਿਖਾਈ ਦੇ ਰਿਹਾ ਸੀ, ਜੋ ਕਿ ਹੁਣ ਚਾਰ ਪਾਰਟੀਆਂ 'ਚ ਵੰਡਣ ਜਾ ਰਿਹਾ ਹੈ। ਬਹੁਜਨ ਸਮਾਜ ਪਾਰਟੀ ਵੱਲੋਂ ਆਪਣੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਨੇ। ਬਹੁਜਨ ਸਮਾਜ ਪਾਰਟੀ ਦੀ ਲੀਡਰਸ਼ਿਪ ਵੱਲੋਂ ਹਮੇਸ਼ਾ ਦੀ ਤਰ੍ਹਾਂ ਦਲਿਤ ਵੋਟ ਬੈਂਕ ਉੱਤੇ ਮੁੱਖ ਟੇਕ ਰੱਖੀ ਜਾ ਰਹੀ ਹੈ। ਪੰਜਾਬ ਮਸਲਿਆਂ ਦੇ ਇੰਚਾਰਜ ਨਰਿੰਦਰ ਕਸ਼ਯਪ ਨੇ BSP ਸੁਪਰੀਮੋ ਮਾਇਆਵਤੀ ਦੀ ਪੰਜਾਬ ਫੇਰੀ ਸੰਬੰਧੀ ਗੱਲਬਾਤ ਦੌਰਾਨ ਅਕਾਲੀ ਭਾਜਪਾ ਸਰਕਾਰ ਉੱਤੇ ਖੂਬ ਨਿਸ਼ਾਨੇ ਸਾਧੇ ਅਤੇ ਦਾਅਵਾ ਕੀਤਾ ਕਿ ਇਸ ਵਾਰ ਪੰਜਾਬ ਦੀ ਜਨਤਾ ਨਵਾਂ ਇਤਿਹਾਸ ਲਿਖੇਗੀ। ਪੰਜਾਬ ਕੀ ਜਨਤਾ ਖੁਦ ਬਦਲਾਵ ਚਾਹਤੀ ਹੈ, ਖੁਦ ਚੇਂਜ ਚਾਹਤੀ ਹੈ। 9 ਸਾਲ ਕਾ ਬਾਦਲ ਸਾਹਿਬ ਕਾ ਸ਼ਾਸਨ ਕਰਨੇ ਕਾ ਤੌਰ ਤਰੀਕਾ ਇਸ ਲੰਬੇ ਵਕਤ ਮੇਂ ਪੰਜਾਬ ਕੇ ਸਾਥ ਹੋਈ ਹਫ਼ਤਾ ਵੀ ਇਸ ਸਭ ਕੇ ਲਈ आज पंजाब की जनता में तरह तरह ही है। आप जान जाना है कि 9 साल के शासन काल में दलितों पर बेतहाशा जुल्म रहे हैं, हत्याएं हुई हैं, जानवर की तरह दलितों को काटा मारा गया है, बलात्कार की घटनाएं बढ़ी हैं। पंजाब में जंगल राज जैसा व्यवस्था बन गई है। किसानों की हमदर्द कही जाने वाली पार्टी श्रोमणी अकाली दल बादल, जिसके नेता खुद किसानों की हिमायत की बात करते हैं, उनके शासनकाल में पंजाब का किसान कर्जे में डूबा है।